ਛਲੇ ਦਿਨ ਅ ਤੁਸਾਂ ਵੀਡੀਓ ਲਾ ਲਗੇ ਹੋ ਜਿੱਦੇ ਤੁਸਾਂ ਦੇ ਨਾਲ ਇੱਕ ਬੰਦਾ ਜਿਨੇ ਕਲਾਸ਼ਿੰਕੋਫ ਚੁੱਕੀ ਹੈ ਤੋਂ ਕੰਦਾ ਮੁਰ ਸ਼ਰੀਕ ਵਦ ਗੇ ਅਸਲਾ ਰੱਖਣਾ ਪੈ ਗਿਆ ਤੇ ਕਲਾਸ਼ਿੰਕੋਫ ਹੀ ਪ੍ਰਮੋਟ ਕਰਨੀ ਸ਼ੁਰੂ ਕਰ ਦਿੱਤੀ ਹੈ ਪ੍ਰਮੋਟਰਾਂ ਕਿਵੇਂ ਕੀਤੇ ਕਲਾਸ਼ ਇਹ ਵੀਡੀਓ ਚ ਲੈ ਕੇ ਆ ਰਹੇ ਹੋ ਇੱਕ ਪਹਿਲਵਾਨ ਦਾ ਕਲਾਸ਼ਿੰਕੋਫ ਨਾਲ ਕੀ ਤਾਲੂ ਬਾਹਰੀਆਂ ਬੇਰੀ ਗਾਰਫਰਨਾਂ ਦਾ ਧਾੜੀਆਂ ਦੁਕਾਨਾਂ ਉੱਤੇ ਤੇ ਕੋਈ ਨਹੀਂ ਬੰਦੂਕਾਂ ਪਈਆਂ ਸੋ ਨਕਲੀ ਨੇ ਇਹ ਪ੍ਰਮੋਟਰ ਸੀ ਕਰ ਰਹਾ ਹਣ ਤੇ ਪ੍ਰਮੋਟ ਹੋਈਆਂ ਭਾਈਆਂ ਲਪੀਆਂ ਨੇ ਤੁਸੀਂ ਕਿਉਂ ਚਾਹੀਏ ਕਲਾਸ਼ਿੰਕੋ ਯਾਰ ਆਪਣੇ ਦਿਫਾ ਵਾਸਤੇ ਆਪਣੀ ਹਫਾਜ਼ਤ ਵਾਸਤੇ ਤੁਸੀਂ ਕੋਈ ਵੀ ਚੀਜ਼ ਕੋਲ ਰੱਖ ਸਕਦੇ ਹੋ ਪਬਲਿਕ ਨੂੰ ਦਾ ਨਾ ਦਿਖਾਓ ਪਬਲਿਕ ਨਾਲ ਤੇ ਨਹੀਂ ਪਬਲਿਕ ਨਾਲ ਤੇਗੇ ਵੇਖੀ ਕੋਈ ਨਹੀਂ ਨਹੀਂ ਉਹ ਤਾਂ ਪ੍ਰੋਪਰ ਵੀਡੀਓ ਜਵਾਬ ਹੈ ਚ ਭਾਈ ਸਹਿਲ ਦਾ ਕੁੱਕ ਪਬਲਿਕ ਕਿਹੜਾ ਕਲੈਸ਼ਨ ਕੋਪ ਦੀ ਵਾਕਫ ਨਹੀਂ ਪਬਲਿਕ ਭਾਜੀ ਕੈਨੇਡਾ ਅਮਰੀਕਾ ਦੇ ਨਹੀਂ ਪਾਕਿਸਤਾਨ ਦੇ ਪਾਕਿਸਤਾਨ ਬੈਠੇ ਇਹ ਐ ਕੋਈ ਤੁਸੀਂ ਦੇ ਮਮਾਨਤ ਨਾ ਸਮਝਦੇ ਕ੍ਰੈਸ਼ ਕੋ ਨਹੀਂ ਨਾ ਨੰ ਬੱਚਾ ਬੱਚਾ ਜਾਣਦਾ ਚਲੋ ਸੋਈ ਦੀ ਚੀਜ਼ ਹੈ ਅੱਗੇ ਲਿਆਓ ਜਿਹਦਾ ਕਿਸੇ ਨੂੰ ਪਤਾ ਨਹੀਂ ਅਸੀਂ ਕੋਈ ਚਿੱਟਾ ਪੜਿਆ ਸੀ ਨਹੀਂ ਨਹੀਂ ਹੈ ਨਹੀਂ ਦੇਖੋ ਜੇ ਤੂੰ ਸਾਨੂੰ ਬੰਦੇ ਮੁਹੱਬਤ ਕਰਦੇ ਜਾ ਉਹ ਟਰੈਕਟਰ ਚਲਾਣਾ ਰੋਕਣਾ ਸ਼ੁਰੂ ਕਰ ਦਿੰਦੇ ਡੈਂਟ ਮਾਰ ਦਿੰਦੇ ਤੁਹਾਡੇ ਹਾਰ ਦਾ ਸਾਵਾ ਚੁੱਕਾ ਛੱਡ ਦਿੰਦੇ ਸਵਾਗਾ ਸੋਈ ਸਵਾਗਾ ਚੁੱਕਾ ਛੱਡ ਦਿੰਦੇ ਹੋਰ ਮੁxtਲਿਫ ਜੰਪ ਕਰ ਦਿੰਦੇ ਜ਼ੋਰ ਲਾਉਂਦੇ ਨੇ ਪੰਜਾ ਲਾਉਂਦੇ ਨੇ ਦੇਖੋ ਤੁਹਾਡੇ ਨੂੰ ਮੋਟੀਵੇਟ ਹੋ ਰਹੇ ਤੁਹਾਡੀ ਮੁਹੱਬਤ ਇਚ ਇਹੋ ਜੀ ਚੀਜ਼ ਅਖਤਿਆਰ ਕਰੇ ਜਿਸ ਟਾਈਮ ਤੁਸੀਂ ਕੋਬ ਚੁੱਕ ਕੇ ਜਾਓਗੇ ਤੇ ਕਿਆ ਉਹ ਦਾ ਸਨੀ ਲੈਂ ਲਗੇ ਜਿਹੜੇ ਡਰਾਕਟਰ ਡਕਦੇ ਕਿਾਸੀ ਵੀ ਚੁੱਕ ਜਾਈਏ ਭਾਈ ਅਰਸ਼ਦ ਸਾਡਾ ਵੀ ਸਵਾਗੋ ਵੀ ਸਾਡਾ ਵੀ ਉਹਦਾ ਚੁੱਕ ਸਕਦੇ ਨੇ ਤੇ ਚੁੱਕਣ ਯਾਨੀ ਇਸ ਚੁੱਕਣੀ ਚਾਹੀਦੀ ਹੈ ਚੁਕੀ ਭਾਵੇਂ ਤੇ ਚੁੱਕੋ ਮੈਂ ਨਾ ਵੇਖੋ ਨਾ ਪੁਰਾਣੇ ਵਕਤਾਂ ਵਿੱਚ ਹਰ ਬੰਦਾ ਆਪਣੇ ਤਲਵਾਰ ਕੋਲ ਰੱਖਦਾ ਠੀਕ ਹੈ ਆਪਣੇ ਦਿਫਾ ਵਾਸਤੇ ਹੋ ਹੁਣ ਅਸਲੇ ਦਾ ਦੌਰ ਹੈ ਤੁਸੀਂ ਆਪਣੀ ਇਫਾਦਤ ਵਾਸਤੇ ਰੱਖ ਸਕਦੇ ਇਹਦੇ ਵਿੱਚ ਕੋਈ ਯਾਰਾ ਜ ਨਹੀਂ ਤੁਸੀਂ ਇੱਕ ਮਿੰਟ ਪਾਕਿਸਤਾਨ ਚੋਂ ਤੁਸੀਂ ਅੱਜ ਤੱਕ ਕੋਈ ਐਂਦਾ ਕੱਠ ਹੈ ਜਿੱਥੇ ਤੁਸੀਂ ਗਏ ਹੋ ਵੋ ਅੱਗੇ ਬੰਦੂਕਾਂ ਵਾਲੇ ਬੰਦੇ ਨਾ ਹੋਣ ਕੋਈ ਵੀ ਹੋਵੇ ਫੌਤ ਕੀਤੇ ਜਾਓ ਸ਼ਾਦੀ ਤੇ ਜਾਓ ਕੋਈ ਨਾ ਕੋਈ ਬੰਦਾ ਐਂਦਾ ਹੁੰਦਾ ਜਿਹਦੇ ਨਾਲ ਕਨ ਮੈਨ ਹੁੰਦਾ ਹੈ ਕੀ ਖਾਲੇ ਅਸਲਾ ਰੱਖਣਾ ਕੋਈ ਮਤਲਬ ਨੁਕਸ ਨਹੀਂ ਹੈ ਜੇ ਤੁਸੀਂ ਲਿਸੈਂਸ ਬਣਵਾ ਸਕਦੇ ਹੋ ਰੱਖੋ ਰੱਖਣਾ ਨੁਕਸ ਹੈ ਦਿਖਾਣਾ ਨੁਕਸ ਹੈ ਨਹੀਂ ਨਹੀਂ ਦਿਖਾਣਾ ਵੀ ਕੋਈ ਨੂੰ ਕਸ ਨਹੀਂ ਰੈਫਲ ਰੱਖਣਾ ਮਤਲਬ ਕਿ ਤੁਹਾ ਤੁਸੀਂ ਲਿਸਾਨਾ ਤੇ ਬਣਵਾ ਸਕਦੇ ਹੋ ਤੇ ਰੱਖੋ ਠੀਕ ਹੈ ਤੁਹਾਨੂੰ ਗਵਰਨਮੈਂਟ ਇਜਾਜ਼ਤ ਵੀ ਦਿੰਦੀ ਹੈ ਰੈਫਲ ਹੁਣ ਮੇਰੇ ਵਿੱਚ ਮਤਲਬ ਕਿ ਲੁਕਸ ਇੱਕ ਵਿੱਚ ਹੈ ਕਿ ਮੇਰੇ ਵਿੱਚ ਚੰਗੀ ਜਾਨ ਹੈ ਅੱਲਾਹ ਦੀ ਦਿੱਤੀ ਹੈ ਮੈਨੂੰ ਬਾਹਰ ਕੋਈ ਬੰਦਾ ਨਾਰਮਲ ਕੋਈ ਧੱਕਾ ਦਿੰਦਾ ਮੈਨੂੰ ਪਤਾ ਹੋਵੇ ਬਾਇਸ ਮੈਨੂੰ ਧੱਕਾ ਦਿੱਤਾ ਜਾਨ ਕੇ ਦਿੱਤਾ ਮੈਂ ਸੱਟ ਮਾਰਾ ਨਾ ਇਸ ਲਮਿਆਂ ਪੈਰਾਂ ਦੇ ਕੋਲ ਉਠੀਣਾ ਵੀ ਨਹੀਂ ਤិន ਪਤਾ ਉੱਤੇ ਬੜੇ ਲੱਗ ਜਾਣਾ ਮੈਂ ਇਹ ਧੱਕਾ ਨਹੀਂ ਦੇਣਾ। ਸੋ ਇਹ ਹੀ ਬੰਦੇ ਤੇ ਪਤਾ ਲਵਾਉਣੇ ਵਾਸਤੇ ਤੁਸੀਂ ਉਹਦੇ ਮੂੰਹ ਤੇ ਥੱਪੜ ਮਾਰ ਸਕਦੇ ਹੋ। ਸੋ ਉਹਦੇ ਨਾਲ ਉਸ ਬੰਦੇ ਨੂੰ ਪਿਆਰ ਦੇ ਕੇ ਪਤਾ ਲਵਾਓ। ਠੀਕ ਹੈ। ਇਹ ਫਲਕੋਲੇ ਉਹਦਾ ਇਹ ਨਹੀਂ ਮਕਸਦ ਕਿ ਧੰਨ ਕੋਈ ਬੰਦਾ ਗਾੜੀ ক্লোਜ ਕਰਦਾ ਹੈ। ਤੁਸੀਂ ਬੁਲਟ ਮਾਰ ਕੇ ਹਣ ਠੋਕ ਦਿਓ। ਰੈਫਰ ਰੱਖਣ ਦਾ ਇਹ ਮਕਸਦ ਨਹੀਂ। ਜਾਂ ਅਸਲਾ ਰੱਖਣ ਦਾ ਇਹ ਮਕਸਦ ਨਹੀਂ ਕਿ ਤੁਸੀਂ ਅਸਲਾ ਰੱਖ ਕੇ ਚਾਰ ਬੰਦੇ ਲੈ ਕੇ ਕਿਸੇ شریف ਆਦਮਨ ਜਾ ਕੇ ਡਰਾਉ ਧਮਕਾਓ। ਇਹ ਮਕਸਦ ਨਹੀਂ। ਇਹਦਾ ਮਕਸਦ ਇਹ ਸਿਰਫ ਆਪਣਾ ਦਿਫਾਅ ਕਰਨਾ ਆਪਣੇ ਘਰ ਰੱਖਣਾ ਔਰ ਸੇਫਟੀ ਵਾਸਤੇ ਰੱਖਣਾ ਔਰ ਇਹਦਾ ਗਲਤ ਇਸਤੇਮਾਲ ਨਾ ਕਰਨਾ ਸੋ ਜਿਹੜੀਆਂ ਸਾਡੇ ਗਵਰਨਮੈਂਟ ਨੇ پابੰਦੀਆਂ ਲਾਈਆਂ ਸ਼ਾਦੀ ਵਿਆਹ ਤੇ ਫੈਰੰਗ ਨਾ ਕਰਨੀ ਪਬਲਿਕ ਬੇਸ ਤੇ ਫੈਰੰਗ ਨਾ ਕਰਨੀ ਠੀਕ ਹੈ ਇਹਦਾ ਗਲਤ ਇਸਤੇਮਾਲ ਨਾ ਕਰਨਾ ਤੁਸੀਂ ਤਾਂ ਗਾਣਾ ਵੀ ਆਪਣੇ ਗਵਾਏ ਹੈ ਮੇਰੀ ਗੱਲ ਤਾਂ ਉਹ ਕੇ ਉਹ ਤਾਂ ਸ਼ੌਕ ਹੈ ਸ਼ੌਕ ਦੋ ਅਸੀਂ ਕੋਈ ਵੀ ਕਰ ਸਕਦੇ ਹਾਂ ਤੇ ਠੀਕ ਨਹੀਂ ਤੁਸੀਂ ਦੋ ਚਾਹੀਆਂ ਦੋ ਚਾਰ ਚਾਹੀਏ ਕਿਸੇ ਬੰਦੇ ਨੂੰ ਉਹਦੇ ਵਿੱਚ ਕੋਈ ਅਸੀਂ ਕੋਈ ਮਤਲਬ ਕਿਸੇ ਬੰਦੇ ਨੂੰ ਟੈਗ ਕਰ ਰਹੇ ਹਾਂ ਜਾਂ ਕਿਸੇ ਬੰਦੇ ਨਾਲ ਅਸੀਂ ਧਮਕਾ ਰਹੇ ਹਾਂ ਇਹਦਾ ਤਰੀਕਾ ਹੈ ਇਹ ਉਹ ਤਾਂ ਸੋਚੇ ਲਫਨ ਕਰ ਰਹੇ ਐਨਜੋਏ ਕਰ ਰਹੇ